ਸਵਾ 100 ਤੋਂ ਵੱਧ ਮੌਤਾਂ ਹੋ ਜਾਣ ਦੇ ਬਾਵਜੂਦ ਵੀ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ। ਬੇਸ਼ੱਕ ਸਰਕਾਰ ਤੇ ਪੁਲਿਸ ਦੇ ਉੱਚ ਅਧਿਕਾਰੀ ਨਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਦਾਅਵਾ ਕਰ ਰਹੇ ਨੇ, ਲੇਕਿਨ ਉਕਤ ਦਾਅਵਿਆਂ ਦੀ ਫੂਕ ਤਰਨਤਾਰਨ ਦੇ ਪਿੰਡ ਮਾਨੋ ਚਾਹਲ ਵਿਖੇ ਨਿਕਲਦੀ ਦਿਖਾਈ ਦਿੱਤੀ ਹੈ, ਜਿੱਥੇ ਸੀਤਲ ਨਾਮ ਦੇ ਵਿਅਕਤੀ ਦੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਅਤੇ ਪਿੰਡ ਦੇ ਸਾਬਕਾ ਮੈਂਬਰ ਪੰਚਾਇਤ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਤੇ ਬੀਤੀ ਰਾਤ ਉਹ ਕੰਮ ਤੋਂ ਵਾਪਸੀ ਤੋਂ ਬਾਅਦ ਬਾਹਰੋਂ ਸ਼ਰਾਬ ਪੀ ਕੇ ਆਇਆ ਸੀ ਅਤੇ ਘਰ ਆ ਕੇ ਉਸ ਦੀ ਤਬੀਅਤ ਖਰਾਬ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਇਲਾਕੇ ਅਤੇ ਪਿੰਡ ਵਿੱਚ ਸ਼ਰੇਆਮ ਨਾਜਾਇਜ਼ ਜ਼ਹਿਰੀਲੀ ਸ਼ਰਾਬ ਵਿਕ ਰਹੀ ਹੈ, ਜਿਸ ਕਾਰਨ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਉਕਤ ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਿਆ ਜਾਵੇ ਤਾਂ ਜੋ ਹੋਰ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਤੇ ਮ੍ਰਿਤਕ ਦੀ ਪਤਨੀ ਅਤੇ ਪੰਚਾਇਤ ਮੈਂਬਰ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ 4 ਛੋਟੀਆਂ ਕੁੜੀਆਂ ਹਨ ਅਤੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ। ਉਪਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਚੌਕੀ ਮਾਨੋ ਚਾਹਲ ਦੇ ਇੰਚਾਰਜ ਅਮਰਜੀਤ ਸਿੰਘ ਮੌਕੇ ਪਹੁੰਚੇ ਤੇ ਮੌਕੇ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਕੈਮਰਾ ਸਾਹਮਣੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਬਾਰੇ ਦੱਸ ਪਾਉਣਗੇ। ਜੀ ਭਾਅ ਜੀ, ਇਹਨਾਂ ਨੇ ਜ਼ਹਿਰੀਲੀ ਸ਼ਰਾਬ ਵੀ ਪਿਆਈ ਆ, ਜ਼ਹਿਰੀਲੀ ਸ਼ਰਾਬ ਦੇ ਨਾਲ ਹੀ ਇਹਦੀ ਮੌਤ ਹੋਈ ਆ। ਤੁਹਾਨੂੰ ਪਤਾ ਆਮ ਖਾਸ਼ ਪਿੰਡਾਂ ਦੇ ਵਿੱਚ ਜਿਹੜੀ ਵਿਕਦੀ ਉਹਨਾਂ ਕੱਢ ਕੇ ਨਹੀਂ ਪਿਆਈ, ਉਹਨਾਂ ਮੁੱਲ ਲੈ ਕੇ ਪਿਆਈ, ਉਹਨਾਂ ਨਹੀਂ ਪਤਾ ਕਾਲੇ ਚੋਰ ਕੋ ਪਿਆਈ ਕਿ ਕਿਹਦੇ ਕੋ ਪਿਆਈ ਆ। ਅਤੇ ਖੁਦ ਉਹਨਾਂ ਦੇ ਘਰੋਂ ਆਉਂਦਿਆਂ ਸਾਰੀ ਇਹਨੇ ਉੱਪਰ ਸਾਲ ਕੀਤੀ ਆ, ਉੱਪਰ ਸਾਲ ਕਰਨੇ ਕਰਕੇ ਇਹਦੀ ਉਸੇ ਵੇਲੇ ਮੌਤ ਹੋ ਗਈ। ਸਾਨੂੰ ਮੌਕਾ ਨਹੀਂ ਮਿਲਿਆ ਕਿ ਕਮਰੇ 'ਚੋਂ ਬਾਹਰ ਵੀ ਅਸੀਂ ਕੱਢ ਸਕੀਏ। ਕੀ ਕੰਮ ਕਰਦਾ ਸੀ? ਇਹ ਰਾਜਗਿਰੀ ਦਾ ਕੰਮ ਕਰਦਾ ਮਿਸਤਰੀ। ਮੇਰੀਆਂ ਭਾਅ ਜੀ 4 ਹੀ ਬੇਟੀਆਂ, ਪਹਿਲਾਂ ਮੇਰਾ ਭਰਾ ਨਹੀਂ ਸੀ ਹੈਗਾ, ਸ਼ੇਕ ਚੱਕ ਮੇਰੇ ਸਹੁਰੇ, ਉੱਥੋਂ ਆਣ ਕੇ ਮੈਂ ਆਪਣੀ ਪਿਓ ਦੀ ਤੇ ਮਾਂ ਦੀ ਡੋਲੀ ਚੁੱਕੀ, ਪਿਓ ਮੇਰਾ ਮਰ ਗਿਆ, ਮਾਂ ਮੇਰੀ ਬਜ਼ੁਰਗ ਆ, ਬਾਕੀ ਮੇਰੀਆਂ 4 ਬੇਟੀਆਂ, ਮੇਰਾ ਬੇਟਾ ਕੋਈ ਨਹੀਂ ਹੈਗਾ। ਤੁਸੀਂ ਕੀ ਮੈਂ ਕਾਰਵਾਈ ਕਰਦੀ ਕਿ ਵੀ ਕਾਰਵਾਈ ਹੋਣੀ ਚਾਹੀਦੀ ਆ? ਸ਼ਰਾਬ ਬੰਦ ਹੋਣੀ ਚਾਹੀਦੀ? ਹਾਂ, ਮੈਂ ਤਾਂ ਨਹੀਂ ਬੰਦ ਹੋਣੀ ਚਾਹੀਦੀ, ਜੇ ਮੇਰਾ ਬੰਦਾ ਮਰ ਗਿਆ ਮੇਰੇ ਬੱਚੇ ਰੁਲ ਗਏ ਹੋਰ ਨਾ ਕਿਸੇ ਦੇ ਰੋਲਣ, ਮੈਂ ਤਾਂ ਇਹੋ ਹੀ ਆਹਨੀ ਵੀ ਇਹ ਕਾਰਵਾਈ ਹੋਣੀ ਚਾਹੀਦੀ। ਮੈਂ ਤਾਂ ਹੱਥ ਜੋੜ ਕੇ ਆਨੀ ਕਿ ਜਿੰਨਾ ਮੈਨੂੰ ਸੁੱਖ ਸੀ ਭਾਅ ਜੀ ਮੇਰਾ ਸੁੱਖ ਖੋਇਆ ਗਿਆ, ਕਿਸੇ ਔਰਤ ਦਾ ਹੋਰ ਨਾ ਸੁੱਖ ਖੋਇਆ ਜਾਵੇ। ਇਹਨਾਂ ਰਾਹਾਂ ਦੇ ਵਿੱਚ ਪਾਣੀ ਨਾ ਫਿਰੇ, ਸ਼ਰਾਬ ਵਿਕਣੀ ਸਾਰੇ ਪਿੰਡ 'ਚੋਂ ਹੀ ਬੰਦ ਹੋ ਜੇ, ਮੈਂ ਇਹ ਹੱਥ ਜੋੜ ਕੇ ਕਹਿੰਦੀ ਵੀ ਕੋਈ ਹਿੰਦੂ ਨਾ ਵਿਕਣ ਦਾ ਮੌਕਾ ਮਿਲੇ, ਮੇਰੇ ਜੋੜਾਂ ਦੇ ਵਿੱਚ ਸ਼ਰਾਬ ਬਹਿ ਗਈ। ਸਾਬਕਾ ਪੰਚਾਇਤ ਮੈਂਬਰ ਜੋ ਕਿ ਅੱਜ ਸਾਡੇ ਪਿੰਡ ਦੇ ਵਿੱਚ ਇਹ ਦੁਰਘਟਨਾ ਵਾਪਰੀ ਆ, ਇਹ ਸਾਡੀ ਭੈਣ ਦੇ ਨਾਲ ਇਹਦੀਆਂ 4 ਬੇਟੀਆਂ, ਅਤੇ ਇਹਦਾ ਕੋਈ ਵੀ ਸਹਾਰਾ ਨਹੀਂ ਵਿਚਾਰੀ ਦਾ ਰਹਿ ਗਿਆ, ਕਿਉਂਕਿ ਜੋ ਸਾਡੇ ਪਿੰਡ ਦੇ ਵਿੱਚ ਨਸ਼ੀਲਾ ਪਦਾਰਥ ਵੇਖ ਲਿਆ, ਸ਼ਰਾਬਾਂ ਵੇਖ ਰਹੀਆਂ, ਹੋਰ ਵੀ ਕੋਈ ਨਸ਼ੇ ਵੇਖ ਰਹੇ ਨੇ, ਉਹਦੇ ਕਾਰਨ ਇਹ ਵਿਚਾਰਾ ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਸੀ, ਜੋ ਇਹਦੀ ਅੱਜ ਰਾਤ ਮੌਤ ਹੋਈ ਆ ਤੜਕੇ। ਸ਼ਰਾਬ ਕਿਸੇ ਨੇ ਇਹਨੂੰ ਪਿਆਈ ਆ, ਪਤਾ ਨਹੀਂ ਉਹ ਕਿੱਥੋਂ ਲਿਆਣ ਕੇ ਪਿਆਈ ਆ, ਚਾਹੇ ਉਹਨੇ ਘਰੋਂ ਪਿਆਈ, ਚਾਹੇ ਮੁੱਲ ਲਿਆਣ ਕੇ ਪਿਆਈ ਆ। ਅਤੇ ਅਸੀਂ ਤਾਂ ਕਹਿੰਦੇ ਹਾਂ ਵੀ ਸਰਕਾਰ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ, ਜੋ ਇਹ ਪੰਜਾਬ ਦੇ ਵਿੱਚ ਸਾਡੇ ਗੰਦੇ ਹਾਲਾਤ ਹੋ ਗਏ ਨੇ, ਹਰੇਕ ਘਰ ਦੇ ਵਿੱਚ ਛੱਤਰ ਵਿਸ ਰਹੇ ਨੇ, ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੁਛ ਹੋਣਾ। ਅਤੇ ਅਸੀਂ ਤਾਂ ਇਹੀ ਅਪੀਲ ਕਰਦੇ ਹਾਂ ਸਾਰੀਆਂ ਸੰਗਤਾਂ ਜਿੰਨੀਆਂ ਵੀ ਆ, ਵੇਖੋ ਕਿੰਨੇ ਹਰ ਕਿਸੇ ਨੂੰ ਦੁੱਖ ਆ, ਦੁੱਖ ਦੀ ਖਾਤਰੀ ਲੋਕ ਆਏ ਆ, ਵਿਚਾਰੀਆਂ ਨਿੱਕੀਆਂ ਨਿੱਕੀਆਂ ਬੇਟੀਆਂ, ਇਹ ਵਿਚਾਰੀ ਕਿਹਦੇ ਸਹਾਰੇ ਜੀਊਗੀ, ਕੀ ਕਰੂਗੀ, ਇਹਨੂੰ ਕੌਣ ਰੋਟੀ ਦੇਊਗਾ? ਅਸੀਂ ਜੇ ਆਏ ਤਾਂ 2-4 ਘੜੀਆਂ ਵਾਸਤੇ ਇੱਥੇ ਆਏ ਹਾਂ, ਅਸੀਂ ਦੁੱਖ ਕਰਕੇ ਚੱਲ ਜਾਣਾ, ਕਿਸੇ ਨੇ ਇਹਨੂੰ ਵਿਚਾਰੀ ਨੂੰ ਜ਼ਿੰਦਗੀ ਭਰ ਦੀ ਰੋਟੀ ਨਹੀਂ ਦੇਣੀ। ਜੇ ਰੋਟੀ ਦੇ ਸਕਦਾ ਸੀ ਤਾਂ ਇਹਦਾ ਆਦਮੀ ਦੇ ਸਕਦਾ ਸੀ, ਅੱਜ ਬਹੁਤ ਦੁੱਖ ਦੀ ਘੜੀ ਆ। ਅਤੇ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਜੋ ਇਹਦੇ ਨਾਲ ਹੋਇਆ ਉਹ ਹੋਰ ਕਿਸੇ ਭੈਣ ਦੇ ਨਾਲ ਇਹ ਗੱਲ ਨਾ ਹੋਵੇ, ਅਤੇ ਸਰਕਾਰ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ। ਜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹੋ ਕੰਮ ਹੁੰਦਾ ਰਿਹਾ ਤਾਂ ਮੈਂ ਸਮਝਦਾ ਕੁਝ ਕਰੋਨਾ ਵਾਇਰਸ ਨੇ ਖਤਮ ਕਰ ਦਿੱਤੇ ਆ, ਕੁਝ ਪਿੱਛੇ ਨਸ਼ਿਆਂ ਤੋਂ ਮਾਵਾਂ ਦੇ ਬੱਚੇ ਮਰ ਗਏ ਆ, ਰੁੜ ਗਏ ਆ। ਆਉਣ ਵਾਲੇ ਸਮੇਂ ਦੇ ਵਿੱਚ ਜੇ ਜ਼ਹਿਰੀਲੀ ਸ਼ਰਾਬ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਿਕਦੀ ਰਹੀ ਤਾਂ ਪਤਾ ਨਹੀਂ ਕਿੰਨੀਆਂ ਮੌਤਾਂ ਹੋਰ ਹੋਣਗੀਆਂ। ਅਤੇ ਮੈਂ ਇਹੋ ਗੱਲ ਕਹਿੰਦਾ ਹੱਥ ਜੋੜ ਕੇ ਸਰਕਾਰ ਨੂੰ ਕਿ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ, ਅਤੇ ਇਹ ਜਿਹੜਾ ਗੰਦੇ ਪਦਾਰਥ ਜੋ ਪੰਜਾਬ ਦੇ ਵਿੱਚ ਗੰਦੇ ਹਾਲਾਤ ਹੋ ਗਏ ਨੇ, ਇਹਦੇ 'ਤੇ ਰੋਕਥਾਮ ਕਰਨੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੈਸ ਦ ਬੈਲ ਆਈਕਨ ਫੋਰ ਨਿਊਜ਼ ਅਪਡੇਟਸ।